We are asking the Sikh Panth, do not fly Air India. 19 November to global blockade, te Air India duniya de vich chalan nahi ditti jayegi. Sikh Panth aleo, 19 November to baad Air India ch safar nahi karna, jaan nu khatra ho sakda hai. Aur sada eh sneha hai Bharat nu. Indira Gandhi International Airport 19 November nu band rahega. ਇਹ 19 ਨਵੰਬਰ ਉਹੀ ਹੈ ਜਿੱਦਣ ਵਰਲਡ ਟੈਰਰ ਕੱਪ ਦਾ ਫਾਈਨਲ ਵੀ ਹੈ ਦੁਨੀਆ ਦੇ ਵਿੱਚ ਦੱਸ ਦਿੱਤਾ ਜਾਏਗਾ ਕਿ ਭਾਰਤ ਨੇ ਹਿੰਦੁਸਤਾਨ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਸੀ ਤੇ ਇਹ 에어ਪੋਰਟ ਦਾ ਨਾਮ ਸ਼ਹੀਦ ਬਿਆੰਤ ਸਿੰਘ ਸ਼ਹੀਦ ਸਤਵੰਤ ਸਿੰਘ ਖਾਲਿਸਤਾਨ 에어ਪੋਰਟ ਹੋਏਗਾ ਜਦੋਂ ਪੰਜਾਬ ਆਜ਼ਾਦ ਕਰਵਾਇਆ ਜਾਏਗਾ ਆਜ਼ਾਦੀ ਦੀਆਂ ਜੰਗਾਂ ਜ਼ਨੂਨ ਨਾਲ ਜਿੱਤੀਆਂ ਜਾਂਦੀਆਂ ਤੇ ਆਜ਼ਾਦੀ ਦੀ ਜੰਗ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਜੰਗ ਖਾਲਿਸਤਾਨ ਰੈਫਰੈਂਡਮ ਦੇ ਰਾਹੀਂ ਚੱਲ ਚੁੱਕੀ ਹੈ ਭਾਰਤੀ ਹਕੂਮਤ ਦੇ ਟੈਂਕ ਤੇ ਤੋਪ ਇਸ ਆਜ਼ਾਦੀ ਦੀ ਜੰਗ ਨੂੰ ਰੋਕ ਨਹੀਂ ਸਕਦੇ ਕਿਉਂਕਿ ਗੁਰੂ ਸਾਹਿਬ ਨੇ ਇੱਕ ਇੱਕ ਸਿੱਖ 1,25,000 ਦੇ ਨਾਲ ਲੜਨ ਨੂੰ ਬਣਾਇਆ ਹੈ ਜਨੂਨ ਹੈ ਆਜ਼ਾਦੀ ਦਾ ਤੇ ਹਥਿਆਰ ਹੈ ਕਲਮ ਦਾ ਵੀ ਆਰ ਗੋਇੰਗ ਟੂ ਬ੍ਰੇਕ ਦੀ ਬੈਕਬੋਨ ਆਫ ਇੰਡੀਅਨ ਇਕਨੋਮਿਕ ਸਿਸਟਮ ਐਂਡ ਵੀ ਆਰ ਗੋਇੰਗ ਟੂ ਬਲਕਨਾਈਜ਼ ਇੰਡੀਆ 19 ਨਵੰਬਰ ਤੋਂ ਸਿੱਖ ਪੰਥ ਵਾਲਿਓ ਏਅਰ ਇੰਡੀਆ ਵਿੱਚ ਸਫ਼ਰ ਨਹੀਂ ਕਰਨਾ ਜਾਨ ਨੂੰ ਖਤਰਾ ਹੋ ਸਕਦਾ ਹੈ।